ਤਸਵੀਰਾਂ ਤੁਸੀਂ ਦੇਖ ਰਹੇ ਹੋ, ਜੇ ਕੁਦਰਤ ਆਪਦੀ ਆਈ ਤੇ ਆ ਜੇ ਤਾਂ ਫੇਰ ਕੀ ਕੁਛ ਨਹੀਂ ਹੋ ਸਕਦਾ। ਬਿਲਕੁਲ ਤੁਸੀਂ ਸਹੀ ਸੁਣਿਆ, ਇਹ ਤਸਵੀਰਾਂ ਰਾਜਸਥਾਨ ਦੀਆਂ ਏ। ਕੀ ਕਦੇ ਕਿਸੇ ਨੇ ਸੋਚਿਆ ਜਾਂ ਅੱਧੂ ਪਹਿਲਾਂ ਦੇਖਿਆ ਕਿ ਰਾਜਸਥਾਨ ਦੇ ਵਿੱਚ ਮੀਂਹ ਦੇ ਕਾਰਨ ਇਹ ਜਿਹੜੇ ਹੈ ਹੜ੍ਹ ਆ ਚੁੱਕੇ ਹੈ, ਸੜਕਾਂ ਦੇ ਉੱਤੋਂ ਦੀ ਜਿਹੜੇ ਵੱਡੇ ਹਾਈਵੇ ਹੈ ਉਹਨਾਂ ਦੇ ਉੱਤੋਂ ਦੀ ਜਿਹੜਾ ਪਾਣੀ ਕਿਸ ਤਰੀਕੇ ਦੇ ਨਾਲ ਜਾ ਰਿਹਾ ਏ। ਜੈਸਲਮੇਰ, ਬਾੜਮੇਰ ਔਰ ਗੱਲ ਕੀਤੀ ਜਾਵੇ ਬੀਕਾਨੇਰ ਦੀ, ਇਹ ਅਜਿਹੇ ਇਲਾਕੇ ਹੈ ਜਿੱਥੇ ਅੱਤ ਦੀ ਗਰਮੀ ਪੈਂਦੀ ਹੈ, ਮੀਂਹ ਦਾ ਕੋਈ ਨਾਮੋ ਨਿਸ਼ਾਨ ਜਿਹੜਾ ਹੈਗਾ ਉਹ ਨਹੀਂ ਹੁੰਦਾ, ਕਿਉਂਕਿ ਜ਼ਿਆਦਾਤਰ ਕਿਤੇ ਮਾੜਾ ਮੋਟਾ ਮੀਂਹ ਪੈਂਦਾ ਤਾਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਮਾੜਾ ਮੋਟਾ ਕੋਈ ਫਸਲ ਦੀ ਬਿਜਾਈ ਕਰ ਲੈਂਦੇ ਹੈ, ਪਰ ਕੁਦਰਤ ਦੇ ਅੱਗੇ ਕਿਸੇ ਦਾ ਇੱਕ ਨਹੀਂ ਚੱਲਦੀ। ਬਿਲਕੁਲ ਰਾਜਸਥਾਨ ਦੇ 5 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਹਾਈ ਅਲਰਟ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ ਹੈ। ਫਿਲਹਾਲ ਤੁਸੀਂ ਇਹ ਤਸਵੀਰਾਂ ਵੇਖੋ, ਤਸਵੀਰਾਂ ਦੇ ਵਿੱਚ ਹਾਈਵੇ ਦੇ ਉੱਤੋਂ ਦੀ ਪਾਣੀ ਜਿਹੜਾ ਹੈਗਾ ਉਹ ਜਾ ਰਿਹਾ ਹੈ, ਇਹ ਮੀਂਹ ਦਾ ਪਾਣੀ ਹੈ। ਤੁਸੀਂ ਇਹ ਮੰਦਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਕਿੰਨਾ ਕਿੰਨਾ 4-4, 5-5 ਫੁੱਟ ਜਿਹੜਾ ਪਾਣੀ ਹੈਗਾ ਉਹ ਆਪਣਾ ਰਾਹ ਬਣਾ ਕੇ ਅਗਲੇ ਪਾਸੇ ਨੂੰ ਜਾ ਰਿਹਾ ਹੈ। ਲੋਕ ਆਪਣੀ ਜਾਨ ਬਚਾ ਰਹੇ ਹੈ ਔਰ ਲੋਕਾਂ ਦੇ ਘਰ ਜਿਹੜੇ ਬਣੇ ਹੋਏ ਸੀ ਮੀਂਹ ਦੇ ਕਾਰਨ ਕਿਸ ਤਰੀਕੇ ਦੇ ਨਾਲ ਜਿਹੜੇ ਆ ਡਿੱਗਣੇ ਸ਼ੁਰੂ ਹੋ ਚੁੱਕੇ ਹੈ। ਰਾਜਸਥਾਨ ਦੇ 5 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਜਿਹੜਾ ਅਲਰਟ ਕਰ ਦਿੱਤਾ ਗਿਆ ਹੈ। ਦੱਖਣੀ ਪੱਛਮੀ ਮਾਨਸੂਨ ਦੀ ਸਰਗਰਮੀ ਦੇ ਕਾਰਨ ਪਿਛਲੇ 24 ਘੰਟਿਆਂ ਦੇ ਦੌਰਾਨ ਰਾਜਸਥਾਨ ਦੇ ਟੋਂਕ, ਪਾਲੀ, ਬੂੰਦੀ ਅਤੇ ਭੀਲਵਾੜਾ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ ਹੈ। ਕੁਝ ਥਾਵਾਂ 'ਤੇ ਰੇਲ ਦੀਆਂ ਪਟੜੀਆਂ ਜਿਹੜੀਆਂ ਹੈਗੀਆਂ ਉਹ ਡੁੱਬ ਚੁੱਕੀਆਂ ਹੈ, ਬਹੁਤ ਸਾਰੀਆਂ ਰੇਲ ਗੱਡੀਆਂ ਨੂੰ ਜਿਹੜਾ ਹੈਗਾ ਉਹ ਰੱਦ ਕਰਨਾ ਪਿਆ ਹੈ। ਜੇ ਪੁਲਿਸ ਦੀ ਮੰਨੀਏ ਤਾਂ ਉਹਨਾਂ ਦੇ ਅਨੁਸਾਰ ਮੀਂਹ ਕਾਰਨ ਵਾਪਰੇ ਹਾਦਸਿਆਂ ਦੇ ਵਿੱਚ 5 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਜੈਸਲਮੇਰ ਅਤੇ ਬਾੜਮੇਰ ਦੇ ਵਿੱਚ ਅੱਜ ਸਕੂਲ ਜਿਹੜੇ ਹੈਗੇ ਆ ਉਹ ਬੰਦ ਕਰ ਦਿੱਤੇ ਗਏ ਆ, ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਨਗੌਰ, ਜੋਧਪੁਰ, ਬਾੜਮੇਰ, ਜਲੌਰ ਅਤੇ ਪਾਲੀ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਰੇਲਵੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜੈਸਲਮੇਰ ਅਤੇ ਬਾੜਮੇਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਕੂਲ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ। ਜ਼ਿਆਦਾਤਰ ਮੀਂਹ ਦੇ ਕਾਰਨ ਜਿਹੜੇ ਹੈਗੇ ਆ ਉਹ ਲੋਕਾਂ ਦਾ ਕਨੈਕਟ ਜਿਹੜਾ ਹੈਗਾ ਆਪਸ ਦਾ ਕਨੈਕਸ਼ਨ ਜਿਹੜਾ ਹੈਗਾ ਉਹ ਕੱਟਿਆ ਗਿਆ ਹੈ। ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ, ਜਿੱਥੇ 4 ਚੁਫੇਰੇ ਰੇਤਾ ਹੀ ਰੇਤਾ ਦਿਖਦਾ ਸੀ, ਟਿੱਬੇ ਹੀ ਟਿੱਬੇ ਦਿਖਦੇ ਸੀ, ਉੱਥੇ ਹੁਣ ਤੁਸੀਂ ਦੇਖੋ ਪਾਣੀ ਪਾਣੀ ਜਿਹੜਾ ਮੀਂਹ ਦਾ ਹੋਇਆ ਪਿਆ ਹੈ। ਇਹ ਕੁਦਰਤ ਦਾ ਕ੍ਰਿਸ਼ਮਾ ਹੈ, ਇਹ ਕੁਦਰਤ ਦੀ ਗੱਲ ਹੈ ਕਿ ਜੇ ਕੁਦਰਤ ਆਪਣੀ ਆਈ 'ਤੇ ਆ ਜਾਏ ਫਿਰ ਉਹ ਚਾਹੇ ਕਿਸੇ ਤਰੀਕੇ ਦਾ ਕਿੱਥੋਂ ਦਾ ਵੀ ਕੋਈ ਇਲਾਕਾ ਹੋਵੇ, ਚਾਰੇ ਪਾਸੇ ਪਾਣੀ ਪਾਣੀ ਮੀਂਹ ਦਾ ਜਿਹੜਾ ਤੁਸੀਂ ਇਸ ਟਾਈਮ ਰਾਜਸਥਾਨ ਦੀਆਂ ਇਹ ਤਸਵੀਰਾਂ ਦੇਖ ਰਹੇ ਹੋ। ਉੱਥੋਂ ਦੇ ਲੋਕਾਂ ਨੇ ਵੀ ਨਹੀਂ ਇਹ ਸੋਚਿਆ ਹੋਣਾ ਕਿ ਇਸ ਵਾਰ ਸਾਡੇ ਜਿਹੜਾ ਹੈਗਾ ਮੀਂਹ ਇੰਨਾ ਕੁ ਜ਼ਿਆਦਾ ਪਊਗਾ ਕਿ 5 ਲੋਕਾਂ ਦੀ ਮੌਤ ਇਸ ਮੀਂਹ ਦੇ ਪਾਣੀ ਦੇ ਕਾਰਨ, ਫਲੱਡ ਦੇ ਪਾਣੀ ਦੇ ਕਾਰਨ ਜਿਹੜੀ ਆ ਉਹ ਚਲੀ ਜਾਊਗੀ।